कोई लाग ने कई उतारे ते धंधरे मार के खुले बोबे छाड़ के गए चले ते होरे वापस आना पवे। हां दो टीयां मंडाणियां पईयां टोटी जनानियां रिटकनियां बेचारियां बच्चे छाड़ के। ਇੱਥੇ ਨਾ ਕੋਈ ਝੜਕਾ ਕਰਦਾ ਸੀ ਸਿੱਖ ਅਤੇ ਨਾ ਹੀ ਸ਼ਰਾਬ ਪੀਂਦਾ। ਅੱਛਾ। ਹਾਂ ਇਹ ਦੋ ਕਮਾਨ ਇੱਥੇ ਸੋਹਣ ਪਹਿਲਵਾਨ ਕਾ ਬਾਬਾ ਧਾਵਾ ਸੀ। ਅੱਛਾ। ਹਾਂ ਇਹ ਸੋਹਣ ਪਹਿਲਵਾਨ ਕੌਣ ਸੀ? ਉਹ ਸਿੱਖਾਂ ਮੁਸਲਮਾਨਾਂ ਦਾ ਦਾਦਾ ਸਿੱਖ ਸੀ ਤੇ ਆਪ ਉਹਨਾਂ ਦਾਦੀ ਕੇ ਲਈ ਉਹ ਮੁਸਲਮਾਨਾਂ ਦੀ। ਅੱਛਾ। ਬਰਿਆਮ ਸਿੰਘ ਦੇ ਕਪੂਰ। ਅੱਛਾ ਵਰਿਆਮ ਸਿੰਘ ਤੇ ਕਪੂਰ ਸਿੰਘ। ਹਾਂ ਇਹਨਾਂ ਕੋਲ ਵੱਡੀ ਮਾਲਕੀ ਸੀ ਪਿੰਡ ਦੀ। ਇਹ 2000 ਕਮਾਨ ਦੇ ਮਾਲਕ। 2000 ਕਮਾਨ ਦੇ ਮਾਲਕ ਸੀ। ਹਾਂ ਇੱਥੇ ਸੀ ਰਾਜਦਾਰ ਕਮਾਨ ਤੇ ਰਾਜਦਾਰ ਕਮਾਨ ਮੰਦੇ ਰਹੇ ਟੱਕਰ ਕੀ। ਤੇ ਕਿਹੜੇ ਮੇਰੇ ਆਣੀ ਸਾ? ਹਾਂਜੀ ਦੱਸੋ। ਹਾਂ ਕੈਲਾ ਸੀ। ਅੱਛਾ। ਮਹਿਲਾ ਸੀ। ਅੱਛਾ। ਜੋਗਿੰਦਰ ਸੀ। ਤੁਹਾਡਾ ਨਾਮ ਕੀ ਹੈ? ਮਾਮੂ ਸਾਹਿਬ। ਤੇ ਤੁਹਾਡੇ ਵਾਲਦ ਸਾਹਿਬ ਦਾ? ਚੰਗਾ। ਦਾਦੇ ਹੋਰਾਂ ਦਾ ਨਾਂ ਯਾਦ ਜੇ? ਮੌਲਾ ਬਖਸ਼। ਮੌਲਾ ਬਖਸ਼। ਇਸ ਵੇਲੇ ਅਸੀਂ ਕਿਹੜੇ ਪਿੰਡ 'ਚ ਬੈਠੇ ਹਾਂ? ਜ਼ਫਰ। ਇਹ ਪਿੰਡ ਦਾ ਸਹੀ ਨਾਂ ਪੂਰਾ ਕੀ ਹੈ? ਜ਼ਫਰ ਕੇ। ਜ਼ਫਰ ਕੇ। ਹਾਂ ਜ਼ਫਰ ਜ਼ਫਰ ਬਣੀ ਆ। ਅੱਛਾ। ਇਹ ਪਿੰਡ ਤਹਿਸੀਲ ਕਿਹੜੀ ਹੈ ਤੇ ਜ਼ਿਲ੍ਹਾ ਕਿਹੜਾ ਹੈ? ਤਹਿਸੀਲ ਵੀ ਕੱਚੀ ਕੋਠੀ ਤੇ ਜ਼ਿਲ੍ਹਾ ਵੀ ਜ਼ਿਲ੍ਹਾ ਕਸੂਰ। ਜ਼ਿਲ੍ਹਾ ਕਸੂਰ ਹੈ। ਹਾਂ ਤੇ 47 ਤੋਂ ਪਹਿਲੇ ਪਾਕਿਸਤਾਨ ਬਣਨ ਤੋਂ ਪਹਿਲੇ ਉਦੋਂ ਕਿਹੜੀ ਤਹਿਸੀਲ ਸੀ ਤੇ ਜ਼ਿਲ੍ਹਾ ਕਿਹੜਾ ਸੀ? ਉਦੋਂ ਲਾਹੌਰ ਹੀ ਸੀ। ਅੱਛਾ। ਜ਼ਿਲ੍ਹਾ ਲਾਹੌਰ। ਹਾਂ ਤੇ ਤਹਿਸੀਲ ਚੂਨੀਆਂ ਕੇ ਕਸੂਰ ਸੀ? ਚੂਨੀਆਂ। ਚੂਨੀਆਂ ਸੀ। ਅੱਛਾ ਇਹ ਪਿੰਡ ਜਿਹੜਾ ਹੈ ਜ਼ਫਰ ਕੇ ਇਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਨੇ? ਉਰਨਾੜ ਚਾਕੇ ਲੰਗੋ ਕੇ ਨੇ, ਕਨੀਏ ਕੇ ਨੇ, ਅਰੜੀਆਂ ਹੈ, ਬੁਗਿਆੜ ਮਾਰ। ਅੱਛਾ ਠੀਕ। ਇਹਦੇ ਕੱਚੀ ਕੱਚੀ ਕੋਠੀ ਠੀਕ ਹੈ, ਨੀਏ ਕੇ ਠੀਕ ਹੈ, ਬਸ ਇਹ ਨੇੜੇ ਨੇੜੇ ਪਿੰਡ ਨੇੜੇ ਨੇੜੇ ਵਾਲੇ ਪਿੰਡ ਨੇ। ਅੱਛਾ ਜਦੋਂ ਪਾਕਿਸਤਾਨ ਬਣਿਆ ਉਦੋਂ ਤੁਹਾਡੀ ਉਮਰ ਕਿੰਨੀ ਸੀ? 12 ਕੁ ਸਾਲ। ਮਤਲਬ ਤੁਹਾਨੂੰ ਪੂਰਾ ਸੰਭਾਲਿਆ ਹੈ? ਹਾਂ ਸੰਭਾਲਿਆ ਹੀ ਸਿੱਖਾਂ ਨਾਲ, ਮਾਲ ਡੰਗਰ ਚਰਾਈ ਚ ਰੋਜ਼ ਦੇ। ਅੱਛਾ ਅੱਛਾ। ਇਹ ਪਿੰਡ 47 ਤੋਂ ਪਹਿਲੇ ਇਸ ਪਿੰਡ ਦੇ ਵਿੱਚ ਆਬਾਦੀ ਕਿਵੇਂ ਦੀ ਸੀ? ਇਹ ਤਾਂ ਨਹੀਂ ਜੀ ਪਤਾ, ਕਿੰਨੀ ਥੋੜ੍ਹੇ ਹੀ ਘਰ ਹੀ ਸਨ, 4 ਘਰ ਸਿੱਖਾਂ ਦੇ ਸਨ। ਅੱਛਾ। 4 ਪੱਟੀਆਂ। ਅੱਛਾ। ਹੋਰ ਮੋਤੀਆਂ ਜਿਲ੍ਹਾ ਤੇਲੀਆਂ ਦੇ ਘਰ ਸਨ ਮਾੜਿਆਂ ਦੇ। ਅੱਛਾ। ਅਤੇ ਬਾਕੀ ਸਾਰਾ ਪਿੰਡ ਜਿਹੜਾ ਉਹ ਸਿੱਖਾਂ ਦਾ ਸੀ? ਸਿੱਖਾਂ ਦਾ ਠੀਕ ਹੈ। 4 ਪੱਤੀਆਂ ਸਨ। ਹਾਂ ਅਤੇ ਨੰਬਰਦਾਰ ਕਿੰਨੇ ਸਨ ਪਿੰਡ ਦੇ? ਨੰਬਰਦਾਰ ਦੇ ਇੱਕ ਹੀ। ਇੱਕ ਹੀ ਨੰਬਰਦਾਰ ਸੀ? ਹਾਂ। ਕੀ ਨਾਂ ਸੀ ਨੰਬਰਦਾਰ ਦਾ? ਇਹ ਨਹੀਂ ਮੈਨੂੰ ਹੁਣ ਪਤਾ ਹੁੰਦਾ ਕੀ ਨਾਂ ਸੀ, ਡੇਰੇ ਰਹੇ ਗਏ। ਸੰਮਾ ਸਿੰਘ। ਅੱਛਾ। ਸੰਮਾ ਸਿੰਘ ਸੀ। ਹਾਂ ਅੱਛਾ। ਅਤੇ ਪਿੰਡ ਦੇ ਵਿੱਚ ਉਸ ਵੇਲੇ ਜਿਹੜੇ ਸਿੱਖ ਰਹਿੰਦੇ ਸਨ ਉਹਨਾਂ ਦੇ ਕਿਸੇ ਦੇ ਨਾਂ ਯਾਦ ਜੇ? ਬਚਪਨ ਦੇ ਯਾਦ ਹੈਗੇ ਨੇ, ਨਿੱਕੇ ਨਿੱਕੇ ਕਿਹੜੇ ਮੇਰੇ ਆਣੀ ਸਨ। ਹਾਂਜੀ ਦੱਸੋ। ਹਾਂ ਕੈਲਾ ਸੀ। ਅੱਛਾ। ਮਹਿਲਾ ਸੀ। ਅੱਛਾ। ਜੋਗਿੰਦਰ ਸੀ। ਇਸੇ ਤਰ੍ਹਾਂ ਹੀ 2-3 ਨਾਂ ਯਾਦ ਹੈਗੇ। ਅੱਛਾ ਇਹ ਤੁਹਾਡੇ ਹਾਣ ਦੇ ਸਨ? ਹਾਂ ਇੱਕੋ ਜਿੱਡੇ ਸਨ, ਮਾਰ ਡੰਗਰ ਉਤਰਾਂ ਦੇ ਸਨ ਬਾਹਰ। ਠੀਕ ਹੈ। ਅਤੇ ਪਿੰਡ ਦੇ ਵਿੱਚ ਸਭ ਤੋਂ ਵੱਡੀ ਮਾਲਕੀ ਕਿਹਦੇ ਕੋਲ ਸੀ? ਵਰਿਆਮ ਸਿੰਘ ਅਤੇ ਕਪੂਰ ਸਿੰਘ। ਅੱਛਾ ਵਰਿਆਮ ਸਿੰਘ ਅਤੇ ਕਪੂਰ ਸਿੰਘ। ਹਾਂ ਇਹਨਾਂ ਕੋਲ ਵੱਡੀ ਮਾਲਕੀ ਸੀ ਪਿੰਡ ਦੀ? ਇਹ 2000 ਕਮਾਨ ਦੇ ਮਾਲਕ। 2000 ਕਮਾਨ ਦੇ ਮਾਲਕ ਸਨ। ਹਾਂ ਇੱਥੇ ਸੀ ਰਾਜਦਾਰ ਕਮਾਨ ਅਤੇ ਰਾਜਦਾਰ ਕਮਾਨ ਮੰਗਦੇ ਰਹੇ ਠੱਕਰ ਕੇ, ਪਿਛਲਾ ਸਾਡਾ ਪਿੰਡ ਠੱਕਰ ਕੇ। ਅੱਛਾ ਅੱਛਾ। ਇਹ 1000 ਕਮਾਂ ਉੱਥੇ ਸੀ ਇਹਨਾਂ ਕੋਲ? ਹਾਂ ਅਤੇ 1000 ਇੱਥੇ, ਯਾਨੀ 2000 ਇੱਥੇ 2000 ਉੱਥੇ। ਹਾਂ
ਇਹ ਦੋਵੇਂ ਆਪਸ 'ਚ ਕੀ ਸਨ? ਚਾਚਿਆਂ ਬਾਬਿਆਂ ਦੇ। ਅੱਛਾ, ਚਾਚਿਆਂ ਬਾਬਿਆਂ ਦੇ ਸਨ, ਠੀਕ ਹੈ। ਅਤੇ ਇਹ ਪਿੰਡ ਦਾ ਜ਼ਫਰ ਕੇ ਦਾ ਰਕਬਾ ਕਿੰਨਾ ਹੈ? 1800 ਕਮਾਂ। 1800 ਕਮਾਂ? ਅਤੇ 2000 ਕਮਾਂ ਤਾਂ ਉਹਨਾਂ ਕੋਲ ਸੀ। ਉਹਦੇ ਵਿੱਚ ਹਰੜੀਆਂ ਵੀ ਤੀਸਰਾ ਹਿੱਸਾ ਹੈ ਨਾ ਪਿੰਡ ਦਾ। ਅੱਛਾ ਅੱਛਾ ਅੱਛਾ, ਹਰੜੀਆਂ ਵੀ ਵਿੱਚ ਹੀ ਆ ਜਾਂਦਾ। ਹਾਂ, ਅਤੇ ਇੱਥੇ 350 ਕਮਾਂ ਜ਼ਮੀਨ ਕਨੀਆਂ ਕਿਆਂ ਦੀ। ਅੱਛਾ, ਉਹ ਵੀ ਲੈ ਗਿਆ ਹਵੇਲੀਆਂ ਫਾਟਕ ਦੇ ਨਾਲ। ਅਤੇ ਪਿੰਡ ਦੇ ਵਿੱਚ ਖੱਤਰੀਆਂ ਦੇ ਵੀ ਘਰ ਆਏ ਸਨ? ਖੱਤਰੀਆਂ ਦੇ ਵੀ ਇੱਕ ਦੋ ਹੈਗੇ ਸਨ। ਉਹਨਾਂ ਦਾ ਕੀ ਕੰਮ ਕਾਰ ਸੀ? ਉਹ ਦੁਕਾਨਾਂ ਹੀ ਉਹਨਾਂ ਪਾਈਆਂ ਹੁਣ ਆਪਦਾ ਪਰਚੂਨ ਦੀਆਂ ਦੁਕਾਨਾਂ ਹੀ। ਅੱਛਾ, ਕੀ ਨਾਂ ਸੀ ਖੱਤਰੀ ਦਾ? ਇਹ ਮੈਨੂੰ ਨਹੀਂ ਪਤਾ, ਨਿੱਕੇ ਨਿੱਕੇ ਹੀ ਸਨ। ਅੱਛਾ, ਸੱਜਣ ਸੀ ਇੱਕ ਦੇ ਨਾਂ ਅਤੇ ਇੱਕ ਦੇ ਨਾਂ ਬੂੜਾ। ਅੱਛਾ, ਇੱਕ ਦਾ ਨਾਂ ਸੱਜਣ? ਹਾਂ, ਅਤੇ ਬੂੜਾ। ਬੂੜਾ, ਅਤੇ ਰਲ ਕੇ ਉਹਨਾਂ ਦੇ ਨਾਲ ਤੁਸੀਂ ਰਹਿੰਦੇ ਸੀ, ਕੰਮ ਕਾਰ ਕਰਦੇ ਸੀ? ਅਸੀਂ ਤੁਹਾਨੂੰ ਬੱਚੇ ਸਾਂ, ਅਸੀਂ ਮਾਲ ਡੰਗਰ ਬਾਹਰ ਲੈ ਜਾਣਾ ਤਾਂ ਪੈਲੀਆਂ ਪੂਲੀਆਂ 'ਚ ਰਾਤ ਰੂ ਲਿਆਉਣਾ, ਘਰ ਆਉਣ ਕੇ ਮਾਂ ਪਿਓ ਕੋਲ ਬਹਿ ਰਹਿਣਾ। ਅੱਛਾ, ਵਰਤਾਰਾ ਕਿਵੇਂ ਦਾ ਸੀ ਉਂਝ ਉਹਨਾਂ ਦਾ ਮਾੜਿਆਂ ਦੇ ਨਾਲ? ਉਹ ਅੱਛੇ ਸਨ ਬੰਦੇ ਸਾਡੇ। ਅੱਛਾ, ਹਾਂ, ਇੱਥੇ ਨਾ ਕੋਈ ਝੜਕਾ ਕਰਦਾ ਸੀ ਸਿੱਖ, ਅਤੇ ਨਾ ਹੀ ਸ਼ਰਾਬ ਪੀਂਦਾ। ਅੱਛਾ, ਹਾਂ, ਇਹ ਦੋ ਕਮਾਂ ਇੱਥੇ ਸੋਹਣ ਭਲਵਾਨ ਕਾ ਵਾਹਵਾ ਤਾਵਾਂ ਸੀ। ਅੱਛਾ, ਹਾਂ, ਸੋਹਣ ਭਲਵਾਨ ਕੌਣ ਸੀ? ਉਹ ਸਿੱਖੋ ਮੁਸਲਮਾਨ ਉਹਦਾ ਦਾਦਾ ਸਿੱਖ ਸੀ, ਚਾਹ ਉਹਦਾ ਫਿਰ ਦਾਦੀ ਕਿਹੜੀ ਉਹ ਮੁਸਲਮਾਨਾਂ ਦੀ। ਅੱਛਾ, ਹਾਂ, ਠੀਕ ਹੈ। ਅੱਛਾ, ਉਹ ਮੁਸਲਮਾਨ ਸੀ? ਹਾਂ, ਅਤੇ ਉਹਨੇ ਫਿਰ ਪੁੱਤਰ ਦੋ ਸੁਣਤੇ ਬਾਹਰ ਦਿੱਤੇ। ਮਾਲਕ ਮੁਲਕ ਕੋਣੀ ਸਣੀ? ਅੱਛਾ, ਨਾ ਸਿੱਖਾਂ ਨੇ ਇਹਨਾਂ ਨਾ ਮਾਲਕੀ ਲੱਗਣ ਦਿੱਤੀ। ਅੱਛਾ, ਮਾੜੇ ਹੀ ਵਿਚਾਰੇ ਸਾਡੇ ਵਰਗੇ। ਉਹ ਹੁਣ ਵੀ ਪਿੰਡ ਵਿੱਚ ਹੀ ਨੇ? ਆਹੋ, ਇੱਥੇ ਹੀ ਰਹਿੰਦੇ ਨੇ। ਅੱਛਾ, ਹੁਣ ਉਹਨਾਂ ਕੋਲ ਕੋਈ ਨਹੀਂ ਮਾਲਕੀ ਮੁਲਕੀ ਹੈ? ਹੈਗੀ ਨੇ 6 ਕਿੱਲੇ, 3 ਕਿੱਲੇ ਪੈ ਗਈ। ਅੱਛਾ, ਕਿਉਂ ਭਰਾਵਾਂ ਦੀ? ਠੀਕ ਹੈ, ਡੇਢ ਕਿੱਲਾ ਆ ਰਹੀ ਨੇ। ਇਹ ਜਿਹੜੇ ਆਪਣੇ ਪਿੰਡ ਵਾਲੇ ਇੱਥੇ ਸਿੱਖ ਸਨ, ਇਹ ਜੱਟ ਸਨ? ਹਾਂ, ਸਿੱਖ ਜੂ ਸਨ। ਅੱਛਾ, ਨਹੀਂ, ਕਿਹੜੀ ਗੋਤ ਕਿਹੜੀ ਸੀ? ਸੰਧੂ ਸਨ, ਸਿੱਧੂ ਸਨ? ਇਹ ਨਹੀਂ ਪਤਾ, ਗੋਤ ਇਹਨਾਂ ਨੂੰ ਨਿੱਕੇ ਨਿੱਕੇ ਵੱਡੇ ਸਨ। ਇਹ ਜਿਹੜੇ ਇੱਥੇ ਰਹਿ ਗਏ ਨੇ ਜਿਹੜੇ ਮੁਸਲਮਾਨ ਨੇ, ਇਹ ਆਪਣੇ ਨਾਲ ਕੀ ਲੁਹਾਉਂਦੇ ਨੇ, ਸੰਧੂ ਕਿ ਸਿੱਧੂ? ਜੱਟ ਬਲਾਦਰੀ ਲਿਖਾ ਉਹਨੇ, ਸੰਧੂ ਕਰੋ, ਸੰਧੂ ਜੱਟ। ਅੱਛਾ, ਅਤੇ ਜਦੋਂ ਪਾਕਿਸਤਾਨ ਬਣਿਆ, ਆਪਣੇ ਪਿੰਡ 'ਚ ਪਤਾ ਲੱਗ ਗਿਆ ਸੀ ਲੋਕਾਂ ਨੂੰ ਵੀ ਪਾਕਿਸਤਾਨ ਬਣਨ ਦਿਆ ਹੈ? ਹਾਂ, ਇੰਨੇ ਹੀ ਸੁਣਦੇ ਆ ਵੀ ਆਪ ਫਿਰੋਜ਼ਪੁਰ ਦਾ ਜਿਹੜਾ ਹਿੰਦੁਸਤਾਨ ਹੈ ਅਤੇ ਲਾਹੌਰ ਦਾ ਜਿਹੜਾ ਪਾਕਿਸਤਾਨ। ਅੱਛਾ, ਹਾਂ, ਇਹਨਾਂ ਵੀ ਪਤਾ ਲੱਗਦਾ ਹੁੰਦਾ। ਠੀਕ ਹੈ, ਇਹਨਾਂ ਬਾਲਾਂ ਵਾਕੂ ਰਹਿ ਗਏ। ਅੱਛਾ, ਅਤੇ ਫਿਰ ਜਦੋਂ ਇੱਥੋਂ ਉੱਠੇ ਨੇ, ਅਮਨ ਅਮਾਨ ਹੀ ਉੱਠੇ ਨੇ ਜਾਂ ਪਿੰਡ 'ਤੇ ਕੋਈ ਹਮਲਾ ਹੋਇਆ? ਹਮਲਾ ਇੱਥੇ ਸਾਡੇ ਪਿੰਡ ਕੋਲ ਨਹੀਂ ਹੋਇਆ। ਅੱਛਾ, ਆਰਾਮ ਨਾਲ ਗਏ ਨੇ, ਤੋੜ ਤਾਂ ਹੀ ਆਰਾਮ ਨਾਲ। ਅੱਛਾ, ਗੱਡਾਂ ਬਲਦ ਆਪਦੀਆਂ ਲੈ ਕੇ, ਸਮਾਨ ਸਾਰਾ ਕੁਛ ਲੈ ਕੇ ਗਿਆ? ਚੱਕੀਆਂ ਤਾਈਆਂ, ਆਟੇ ਪੀਣ ਵਾਲੀਆਂ ਚੱਕੀਆਂ ਹੁੰਦੀਆਂ ਸਨ ਆਟਾ। ਅੱਛਾ, ਉਹ ਵੀ ਨਾਲ ਲੈ ਕੇ ਗਏ ਨੇ? ਅਤੇ ਹੋਰ ਵੀ ਕਿਸੇ ਦਾਣਾ ਪਾਉਣਾ ਤਾਂ ਦਾਣੇ ਦੇ ਹੈਗੇ ਨੇ, ਅਤੇ ਪੀ ਕੇ ਪਕਾ ਹੀ ਨਾ ਕਰਾਂਗੇ। ਅੱਛਾ, ਕੀ ਪਤਾ ਕਿੱਥੇ ਕਿੱਥੇ ਵਿਚਾਰੇ ਗੋਲੇ ਨੇ। ਮਤਲਬ ਇੱਥੋਂ ਪਿੰਡ 'ਚੋਂ ਇਹ ਆਪਣੀ ਹਰ ਸ਼ੈ ਲੈ ਕੇ ਉੱਠੇ ਨੇ? ਹਾਂ, ਕੋਈ ਵੀ ਲੈ ਗਏ ਨੇ, ਕਈ ਵਿਚਾਰੇ ਵਿੱਚੇ ਦੰਦਰੇ ਮਾਰ ਕੇ ਖੁੱਲ੍ਹੇ ਬੂਹੇ ਛੱਡ ਕੇ ਗਏ ਚੱਲੇ, ਅਤੇ ਹੋਰੇ ਵਾਪਸ ਆਉਣਾ ਪਵੇ। ਹਾਂ, ਦੁੱਧ ਦੀਆਂ ਮੰਡਾਣੀਆਂ ਪਈਆਂ, ਦੁੱਧ ਜਨਾਨੀਆਂ ਰਿੜਕਣੀਆਂ, ਵਿਚਾਰੀਆਂ ਵਿੱਚੇ ਛੱਡ ਗਏ। ਹੋਰ ਕੀ ਲੋੜ, ਕੁਛ ਵੀ ਨਹੀਂ, ਉਲਟ ਪੁਲਟ ਜੋ ਹੋ ਗਈ। ਅਤੇ ਇਹਨਾਂ 'ਚੋਂ ਕਦੀ ਕੋਈ ਪਰਤ ਕੇ ਆਇਆ ਵਾਪਸ ਆਪਣਾ ਪਿੰਡ ਵੇਖਣ? ਹਾਂ, ਅਸਰੇ ਤਾਂ ਐਤਕੀ ਵਿਸਾਖ ਵਿੱਚ ਵੀ ਆਏ ਸਨ। ਅੱਛਾ, ਮੈਨੂੰ ਪੁੱਛਦੇ ਰਹਿਣ, ਮੈਂ ਆਖਿਆ ਆਹ ਉਹਨਾਂ ਦੇ ਘਰ ਨੇ ਜੀ। ਅੱਛਾ, ਇਹਨਾਂ ਨੂੰ ਮੈਨੂੰ ਪਤਾ ਸੀ ਵੀ ਆਹ ਬੇਲੀ ਵਾਲੇ ਨੇ, ਆਹ ਏਕੇ ਗਏ ਨੇ, ਆਹ ਰਹਿ ਗਏ ਨੇ, ਆਹ ਸਾਬੋ ਕਿਲੇ ਵਾਲੇ। ਹੁਣ ਘਰ ਕਿੰਨਾ ਕਿੰਨਾ ਦੇ ਸਲਾਮਤ ਬਚੇ ਨੇ? ਸਾਰਿਆਂ ਦੀ ਉਸੇ ਤਰ੍ਹਾਂ ਹੀ, ਕਿਵੇਂ ਛੱਡ ਕੇ ਗਏ ਨੇ ਉਵੇਂ ਆਣ ਕੇ ਪੀਰਾਂ ਨੇ ਮਾਲ ਲਏ, ਮਾਜਰਾਂ ਨੇ ਲੋਕਾਂ ਨੇ। ਅੱਛਾ, ਹਾਂ,
तो हजे भी उवे ही ने ते होर मकान पक्के पए ने वधिया पए ए जड़ा इथे नुक्कर ते वे वड्डी हवेली ए किन्ना दी है ए कपूर सिंह अच्छा ए कपूर सिंह दी हां तो उंदे नाल परां ओ गली जाम से ओ वरियाम सिंह दी हां ते होर परां जड़े है ने घर आ परां है गए ने ते के ओ हवेली वाले नंबरदार अच्छा ओ बाबे दा नाम सम्मा सी लेंदे सा अच्छा हां ठीक है अच्छा ते पिंड च कोई पहलवान हुंदा सी उस वेले हां सोन पहलवान अच्छा सिर्फ सोन ही पहलवान पिंड दा पहलवान ही अच्छा पिंड ने खराकां दे दे के क्यों कठा कर कर के ते कलाउना शौक नाल अच्छा हां अच्छा सोन जांदा सी कुलन हां नामवर बंदा सी अच्छा 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 होर भी कोई पहलवान आया सी पिंड दा मगरों एक एक फरोज जलाया साबा अच्छा पट्टी से उठो रड़िया का अच्छा बरकर पहलवान सी कमो माजर तो मुंडे मंडे शिगिर दे गए सने मेला लगता कोई पिंड च हाँ मेला हूँ भी पीर लवान अच्छा ये पहले भी लगता सी पहला तो पर फकीर साढ़े पिंड दे गए वो लवान होते साढ़े जम्मन तो अगे ब्याह ने डफर मेला होता अच्छा इतने तक कदम माजर पीर आए ने फिर यही 18 चेतर की कराने मेले अच्छा 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 और कोई नहीं और कोई नहीं है हाँ माले जिले के राही ने वो भी आपके मालक ने उन्होंने इधर रकबा बेलिया फाटक के कोल अच्छा हाँ तो पिंड च भी है म्यू जा रहे ने ते अच्छा हूँ पिंड च म्यू अराई हाँ तो सैयद बादशाह आए ने हाँ पीर कुरैशी सदान है अच्छा अच्छा पीर कुरैशी सदान दे ने हाँ अच्छा उन्होंने नाल वेला जड़ा गुजरिया है जेडे यार बेली ने वो याद आते ने बचपन जी रल के खेडते रहे महिला एक दिन महिला से एक दिन कैला दो भरावान ने एक बेली च रेंदे सन इन्ना कुछ पता है चलो ठीक है बाबा जी बड़ी मेहरबानी।